ਬਾਬਾ ਰੋਖੜਦਾਸ ਕਿਲਾ ਭਲੂਰ ਤੇ ਰੱਜੀਆਣਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਇੱਕ ਮਿੰਟ ਦਾ ਸਮਾਂ ਹੈ ਦੋਨੋਂ ਟੀਮਾਂ ਨੂੰ, ਬਾਬਾ ਰੋਖੜਦਾਸ ਕਿਲਾ ਭਲੂਰ ਤੇ ਰੱਜੀਆਣਾ ਇਹ ਟੀਮਾਂ ਜਲਦੀ ਨਾਲ ਫੇਰ ਗਰਾਊਂਡ ਦੇ ਵਿੱਚ ਪਹੁੰਚਣ। ਬਾਬਾ ਰੋਖੜਦਾਸ ਕਿਲਾ ਭਲੂਰ ਤੇ ਰੱਜੀਆਣਾ ਇਹ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਬਾਬਾ ਰੋਖੜਦਾਸ ਕਿਲਾ ਭਲੂਰ ਤੇ ਰੱਜੀਆਣਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚਣ। ਔਰ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਸਰਬੱਤੀ ਸੱਜੀ ਸਿੰਘ ਦੇ ਪਰਿਵਾਰ ਦਾ, ਜਿਨ੍ਹਾਂ ਨੇ ਐਤਕੀ ਵਰੇ 40,000 ਰੁਪਏ ਦਾ ਪਹਿਲਾ ਨਾਮ ਆ ਇਸ ਟੂਰਨਾਮੈਂਟ ਦਿੱਤਾ ਹੈ। ਔਰ ਨਾਲ ਹੀ ਇਹ ਅਨਾਊਂਸ ਕਰਦੇ ਵੀ ਆਉਂਦੇ ਸਾਲ ਅਸੀਂ ਦੋਨੋਂ ਨਾਮ ਦੇਵਾਂਗੇ, ਫਸਟ ਤੇ ਸੈਕੰਡ ਸਰਬੱਤੀ ਸੱਜੀ ਸਿੰਘ ਜੀ ਪਰਿਵਾਰ ਦੇ ਪਰਿਵਾਰ ਵੱਲੋਂ ਉਹਨਾਂ ਦੇ ਪਰਿਵਾਰ ਬਹੁਤ ਵੱਡੀ ਸੇਵਾਈ ਆ। ਆਉਂਦੇ ਟੂਰਨਾਮੈਂਟ ਲਈ ਵੀ ਉਹਨਾਂ ਨੇ ਗਨਾਸ਼ਾ ਮੁੱਢ ਦੇ ਬਣਦਾ ਹੈ, ਦੋਨੋਂ ਨਾਮ ਫਸਟ ਸੈਕੰਡ ਤੇ ਜਾਣਗੇ ਐਤਕੀ ਵਰੇ 40,000 ਰੁਪਏ। ਬਹੁਤ ਧੰਨਵਾਦ ਜੀ। ਔਰ ਨਾਲ ਹੀ ਟੀਮਾਂ ਨੂੰ ਬੇਨਤੀ ਵੀ ਭਲੂਰ ਤੇ ਰੱਜੀਆ ਜਲਦੀ ਪਹੁੰਚਣ ਗਰਾਊਂਡ ਦੇ ਵਿੱਚ, ਗਰਾਊਂਡ ਸੱਖਣਾ ਹੋ ਚੁੱਕਾ ਹੈ, ਟੀਮਾਂ ਨੂੰ ਬੇਨਤੀ ਜਲਦੀ ਪਹੁੰਚ ਜਾਣ। ਔਰ ਨਾਲ ਹੀ ਪੰਜਾਬ ਲਾਈਵ ਵਨ ਵਾਲੇ ਵੀਰਾਂ ਨੂੰ ਬੇਨਤੀ, ਆਵਾਜ਼ ਦੀ ਥੋੜ੍ਹੀ ਪ੍ਰੋਬਲਮ ਆ ਰਹੀ ਹੈ, ਬਾਹਰੋਂ ਫੋਨ ਆ ਰਹੇ ਨੇ, ਅਸੀਂ ਧੰਨਵਾਦ ਕਰਦੇ ਸਰਦਾਰ ਜਗਰਾਜ ਸਿੰਘ ਜੀ ਵਿਰਾੜ ਮਹਲਾ ਖੁਦਵਾਲੇ ਖੇਡ ਪ੍ਰਮੋਟਰਾਂ ਦੀ ਦੁਨੀਆਂ ਦੇ ਵਿੱਚੋਂ ਮਾਈਟਰ ਵੈਲੀ ਕਲੱਬ ਵਾਲੇ ਸਰਦਾਰ ਜਗਰਾਜ ਵਿਰਾੜ ਜੀ ਮਹਲਾ ਖੇਡ ਪ੍ਰਮੋਟਰਾਂ ਜ਼ਿਲ੍ਹਾ ਮਾਲਵੇ ਦੇ ਮਸ਼ਹੂਰ ਪ੍ਰਮੋਟਰਾਂ ਦੇ ਵਿੱਚ ਨਾਂ ਹੈ। ਅੱਜ ਇੱਥੇ ਦਵਿੰਦਰ ਧਾਨਾ ਜੀ ਵੈਰੋ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਐਡਮਿੰਟਨ ਵਾਲੇ ਪਹੁੰਚੇ ਨੇ, ਉੱਥੇ ਜਗਰਾਜ ਵਿਰਾੜ ਮਹਲਾ ਜੀ ਵਾਲੇ ਜੀ ਆ ਜੀ ਕਬਾਨੀ, ਬਹੁਤ ਧੰਨਵਾਦ ਜੀ। ਮੇਰੀ ਬੇਨਤੀ ਹੈ ਬਾਬਾ ਰੋਖੜਦਾਸ ਕਿਲਾ ਭਲੋਰ ਤੇ ਰੱਜੀਆਣਾ ਜਲਦੀ ਨਾਲ ਟੀਮਾਂ ਗਰਾਊਂਡ 'ਚ ਆ ਜਾਣ। ਬਾਬਾ ਰੋਖੜਦਾਸ ਕਿਲਾ ਭਲੋਰ ਤੇ ਰੱਜੀਆਣਾ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਇੱਕ ਮਿੰਟ ਦਾ ਸਮਾਂ ਹੈ ਦੋਨੋਂ ਟੀਮਾਂ ਨੂੰ, ਬਾਬਾ ਰੋਖੜਦਾਸ ਕਿਲਾ ਭਲੋਰ ਤੇ ਰੱਜੀਆਣਾ ਇਹ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ। ਬਾਬਾ ਰੋਖੜਦਾਸ ਕਿਲਾ ਭਲੋਰ ਤੇ ਰੱਜੀਆਣਾ ਇਹ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਸਾਡੀ ਬਾਰ ਬਾਰ ਬੇਨਤੀ ਹੈ ਬਾਬਾ ਰੋਖੜਦਾਸ ਕਿਲਾ ਭਲੋਰ ਤੇ ਰੱਜੀਆਣਾ ਇਹ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ। ਇੱਕ ਮਿੰਟ ਦਾ ਸਮਾਂ ਦੋਨੋਂ ਟੀਮਾਂ ਨੂੰ, ਜੇ ਟੀਮਾਂ ਸਮੇਂ ਤੇ ਨਾ ਪੁੱਜੀਆਂ ਤਾਂ ਟੀਮਾਂ ਸਕ੍ਰੈਚ ਕਰ ਦੇਣੀਆਂ। ਬਾਬਾ ਰੋਖੜਦਾਸ ਕਿਲਾ ਭਲੋਰ ਤੇ ਰੱਜੀਆਣਾ ਇਹ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਕੋਲਵਾਲਾ ਤੇ ਮਹਿੰਦੀਪੁਰਾ ਦੋ ਨੰਬਰ ਗਰਾਊਂਡ ਟੀਮਾਂ ਪੁੱਜਣ। ਕੋਲਵਾਲਾ ਤੇ ਮਹਿੰਦੀਪੁਰਾ, ਕੋਲ ਸਿੰਘਵਾਲਾ ਤੇ ਮਾਲਾ ਖੋਰ ਦੇ ਧੱਲੇ ਕਿਤੇ ਸੁਨੇਹ, ਬਾਬਾ ਦੇਸ ਰਾਜ ਕਲੱਬ ਭਲੋਰ ਤੇ ਰਸੂਰਪੁਰ ਇਹ ਦੋ ਨੰਬਰ ਗਰਾਊਂਡ 'ਚ ਟੀਮਾਂ ਪੁੱਜਣ। ਕਹਿਣਾ ਤੇ ਭਲੋਰ ਦੀਆਂ ਟੀਮਾਂ ਦੇ ਦਰਮਿਆਨ ਬਹੁਤ ਤਕੜਾ ਮੈਚ ਸ਼ੁਰੂ ਹੋਣ ਜਾ ਰਿਹਾ। ਮਿੰਟ ਜੀ, ਹਾਂਜੀ, ਦੋ ਨੰਬਰ ਗਰਾਊਂਡ 'ਚ ਪੈਂਟਾਂ ਵਾਲੇ ਵੀਰ ਪਹੁੰਚ ਜਾਣ ਜੀ, ਪਾਣੀ ਵਾਲਾ, ਪੁਆਇੰਟਾਂ ਵਾਲਾ, ਸਟੋਪਾਜ ਵਾਲਾ ਤੇ ਦੋ ਰੈਫਰੀ। ਹੈਲੋ, ਜੋ ਸਾਡੇ ਸੇਵਾਦਾਰ ਨੇ ਇੱਥੇ ਟੂਰਨਾਮੈਂਟ ਕਮੇਟੀ ਦੇ ਵਿੱਚ, ਉਹ ਜੋ ਪਾਣੀ ਛਿੜਕ ਰਹੇ ਨੇ ਗਰਾਊਂਡ ਦੇ ਵਿੱਚ, ਉਹਨਾਂ ਨੂੰ ਬੇਨਤੀ ਹੈ ਕਿ ਹੁਣ ਤੁਸੀਂ ਆ ਕੋਲੇ ਤੇ ਪਾਣੀ ਛਿੜਕ ਦਿਓ ਗਰਾਊਂਡ, ਮਿੱਟੀ ਜ਼ਿਆਦਾ ਉੱਠ ਰਹੀ ਹੈ। ਆਹ
ਸ਼ੁਸ਼ਕ ਤੇ ਜੀਰੇ ਦੀਆਂ ਟੀਮਾਂ ਅਗਲੇ ਮੈਚ ਲਈ ਜਲਦੀ ਨਾਲ ਗਰਾਊਂਡ 'ਚ ਆ ਜਾਣ। ਮੇਰੀ ਬੇਨਤੀ ਹੈ ਦੋਨੋਂ ਟੀਮਾਂ ਗਰਾਊਂਡ 'ਚ ਹੈ, ਇਹਦਾ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ। ਬਾਬਾ ਰੁੱਖੜਦਾਸ ਕਲੱਬ ਲੋੜ ਤੇ ਰੱਜੀ ਆਉਣਾ, ਸ਼ੁਸ਼ਕ ਤੇ ਜੀਰਾ ਇਹਨਾਂ ਟੀਮਾਂ ਦੇ ਦਰਮਿਆਨ ਜਲਦੀ ਨਾਲ ਜਿਹੜਾ ਮੈਚ ਸ਼ੁਰੂ ਕਰਵਾ ਦਿੱਤਾ ਜਾਵੇ। ਲੰਡੇ ਰਾਣਾ ਕਲੱਬ ਦਾਦਰ ਤੇ ਮਾਨੁਕੇ ਗਿੱਲ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਰਾਣਾ ਕਲੱਬ ਦਾਦਰ ਤੇ ਮਾਨੁਕੇ ਗਿੱਲ, ਸ਼ੁਸ਼ਕ ਤੇ ਜੀਰੇ ਦਾ ਅਗਲਾ ਮੈਚ ਹੋਣਾ, ਰਾਣਾ ਕਲੱਬ ਦਾਦਰ ਤੇ ਮਾਨੁਕੇ ਗਿੱਲ ਦਾ ਮੈਚ ਖੇਡਿਆ ਜਾ ਰਿਹਾ, ਵੀ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ। ਹਾਂਜੀ ਹਾਂਜੀ, ਦੋ ਨੰਬਰ ਗੌਰ ਦੀਆਂ ਟੀਮਾਂ ਤੁਸੀਂ ਆਵਾਜ਼ ਮਿਲੀਏ, ਉਸ ਤੋਂ ਬਾਅਦ ਤੁਹਾਨੂੰ ਮੈਚ ਦੇਵਾਂਗੇ। ਕੋਰੇਵਾਲਾ ਤੇ ਮਹਿੰਦੀਪੁਰਾ, ਇੱਕ ਮਿੰਟ ਵਿੱਚ ਦੋਨੋਂ ਟੀਮਾਂ ਗਰਾਊਂਡ ਵਿੱਚ ਪਹੁੰਚਾ। ਕੋਰੇਵਾਲਾ ਤੇ ਮਹਿੰਦੀਪੁਰਾ, ਕੋਚ ਸਿੰਘਾ ਤੇ ਮਾਲਾ ਫੁੱਟ, ਧੱਲੇ ਕੇ ਤੇ ਸੁਨੇਹ, ਬੂਟਾ ਇੱਕ ਨੰਬਰ ਗਰਾਊਂਡ ਦੇ ਵਿੱਚ ਅੰਪਾਇਰ ਪਹੁੰਚਣ, ਫੌਜੀ ਤੇ ਬੂਟਾ। ਦੋ ਨੰਬਰ ਗਰਾਊਂਡ ਦੀਆਂ ਟੀਮਾਂ ਨੂੰ ਫਿਰ ਬੇਨਤੀ ਆ, ਪਹਿਲਾ ਮੈਚ ਕੋਰੇਵਾਲਾ ਤੇ ਮਹਿੰਦੀਪੁਰਾ, ਮਾਝੇ ਦੀ ਟੀਮ ਹੈ, ਇਹ ਟੀਮ ਜਲਦੀ ਪਹੁੰਚੇ। ਕੋਰੇਵਾਲਾ ਤੇ ਮਹਿੰਦੀਪੁਰਾ ਔਰ ਨਾਲ ਹੀ ਕੋਚ ਸਿੰਘਾ ਤੇ ਮਾਲਾ ਫੁੱਲ, ਧੱਲੇ ਕੇ ਤੇ ਸੁਨੇਹ ਔਰ ਦੇਸ਼ਾ ਕਲੱਬ ਭਲੂਰ ਤੇ ਰਸੂਲਪੁਰ, ਇਹ ਅੱਠ ਟੀਮਾਂ ਦੇ ਚਾਰ ਮੈਚ ਆ, ਦੋ ਨੰਬਰ ਗਰਾਊਂਡ ਟੀਮਾਂ ਪਹੁੰਚ ਜਾਣ ਜੀ। ਹਾਂਜੀ ਹਾਂਜੀ, ਭਲੂਰ ਤੇ ਮੇਰੇ ਵੀ ਰੱਜੀ ਵਾਲੇ ਦੀਆਂ ਟੀਮਾਂ ਦੇ ਦਰਮਿਆਨ ਬਹੁਤ ਹੀ ਤਕੜਾ ਮੈਚ ਖੇਡ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ ਹੈ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ, ਲਾ ਕੇ ਪੂਰਾ ਤਾਣ ਵਿੱਚੋਂ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ, ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ। ਮਿੱਤਰੋ ਇੱਕ ਪਾਸੇ ਕਹਿੰਦੇ ਰੱਜੀ ਵਾਲੇ ਦੀ ਟੀਮ ਪੁੱਜ ਗਈ ਹੈ ਮੇਨ ਸਟੇਜ ਵਾਲੀ ਸਾਈਡ, ਔਰ ਦੂਸਰੇ ਪਾਸੇ ਕਹਿੰਦੇ ਭਲੂਰ ਦੀ ਟੀਮ ਹੈ। ਨੌਜਵਾਨ ਕਹਿੰਦੇ ਮੇਜਰ ਸਿੰਘ ਬਰਾੜ ਦਾ ਪਿੰਡ ਹੈ ਕਿ ਛੱਡ ਦਨਿਆਵੀ ਨਸ਼ੇ ਦਿਲ ਵਿੱਚ ਸਾਂਭੀ ਬੈਠਾ, ਜੋ ਕਬੱਡੀ ਦੇ ਸਰੂਰ ਨੂੰ ਲਹਿਰਾਂ ਦੇ ਬੁਲਟ ਪਾ ਕੇ ਤੂੰ ਦਿਖਾ ਦੇ ਰੇਡ ਮੇਜਰ ਭਲੂਰ ਨੂੰ, ਰੰਡੇਕੇ ਦਾ ਕੱਪ ਜਦੋਂ ਹਿੱਸਾ ਲਾਊਗਾ ਕਰਮ ਭਾ ਸਿੱਧੂ ਤਨਿਆ ਫੜਾਊਗਾ, ਨੌਜਵਾਨ ਭਲੂਰ ਦੀ ਧਰਤੀ ਦਾ ਅਲਬਰਟਾ ਦੀ ਪੀਐਸਸੀ ਕਬੱਡੀ ਫੈਡਰੇਸ਼ਨ ਪਿੰਡੋ ਕੀਤਾ ਕਬੱਡੀ ਪਾ ਰਿਹਾ। ਉਧਰ ਨੌਜਵਾਨ ਜਾਫੀ ਨੇ ਵੱਧ ਕੇ ਕੋਸ਼ਿਸ਼ ਕੀਤੀ ਹੈ, ਪਰ ਕਹਿੰਦੇ ਕੀਪੇ ਦੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਹੈ। ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਬੂਟਾ ਇੱਕ ਧਰਤੀ ਮਾਂ ਨੂੰ ਮੱਥਾ ਵਧਿਆ ਹੋਇਆ। ਹੈਲੋ, ਬੇਨਤੀ ਹੈ ਦੋ ਨੰਬਰ ਗਰਾਊਂਡ ਦੀ ਟੀਮਾਂ ਨੂੰ, ਕੋਰੇਵਾਲਾ ਪਹੁੰਚ ਗਈ, ਮਹਿੰਦੀਪੁਰਾ ਨਹੀਂ ਪਹੁੰਚ ਰਹੇਗੀ, ਸਿਰਫ 2 ਮਿੰਟ ਦਾ ਸਮਾਂ ਲੱਗਾ ਹੈ, ਉਸ ਤੋਂ ਬਾਅਦ ਆ ਗਈ ਮਹਿੰਦੀਪੁਰਾ ਵੀ ਆ ਗਈ ਹੈ। ਔਰ ਨਾਲ ਹੀ ਮੇਰੀ ਬੇਨਤੀ ਕੋਚ ਸਿੰਘਾ ਤੇ ਮਾਲਾ ਖੁਰਦ, ਇਹ ਵੀ ਜਲਦੀ ਪਹੁੰਚੋ, ਕੋਚ ਸਿੰਘਾ ਤੇ ਮਾਲਾ ਖੁਰਦ ਧੱਲੇ ਕੇ ਤੇ ਸੁਨੇਹ ਦਾ ਫਿਰ ਸੂਰਪੁਰ ਚੁਣੇਗਾ, ਇਸ ਨੰਬਰ ਗਾਰਡ ਵੀ ਜਲਦੀ ਜਲਦੀ। ਹਾਂਜੀ ਹਾਂਜੀ, ਸ਼ੋਸ਼ਿਕ ਤੇ ਜੀਰਾ, ਰਾਣਾ ਕਲੱਬ ਦਾਦਰ ਤੇ ਮਾਨੋ ਕੇ ਗਿੱਲ, ਇਹ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ। ਸ਼ੋਸ਼ਿਕ ਤੇ ਜੀਰਾ, ਰਾਣਾ ਕਲੱਬ ਦਾਦਰ ਤੇ ਮਾਨੋ ਕੇ ਗਿੱਲ, ਇਧਰ ਨੌਜਵਾਨ ਅਰਸ਼ੂ ਕਬੱਡੀ ਪਾ ਰਿਹਾ ਮੇਰੇ ਗਏ ਖੇਡ ਮੈਦਾਨ ਦੇ ਵਿੱਚ ਭਲੂਰ ਦੀ ਧਰਤੀ ਦਾ, ਔਰ ਸਾਹਮਣੇ ਜਾਫੀ ਪੂਰੀ ਕੋਸ਼ਿਸ਼ ਕਰਦਾ ਪਰ ਪੁਆਇੰਟ ਅਰਸ਼ੀ ਨੌਜਵਾਨ ਗੱਭਰੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ। ਹਾਂਜੀ, ਸਰਦਾਰ ਦਰਸ਼ਨ ਸਿੰਘ ਜੀ ਘਰ ਕਲਾਂ ਵਾਲੇ ਘਾਲੀ ਸਾਹਿਬ, ਸਰਦਾਰ ਦਰਸ਼ਨ ਸਿੰਘ ਜੀ ਘਾਲੀ ਠੱਕਰਪੱਤੀ ਵਾਲੇ, ਉਹਨਾਂ ਦੇ ਵਿਸ਼ੇਸ਼ ਜਿਹੜੇ ਮਾਨ ਸਨਮਾਨ ਕੀਤੇ ਜਾ ਰਹੇ ਨੇ ਸਾਡੇ ਕਲੱਬ ਵੱਲੋਂ, ਔਰ ਸਰਦਾਰ ਅਮਰਜੀਤ ਸਿੰਘ ਜੀ ਗਿੱਲ ਸਰਪੰਚ ਜਗਾਵੇ ਵਾਲੇ ਤੇ ਨੈਬ ਸਿੰਘ ਜੀ USA ਵਾਲੇ ਜਗਾਵੇ ਵਾਲੇ, ਇਹ ਸੱਜਣ 1100-1100 ਰੁਪਏ ਸਾਡੇ ਕਲੱਬ ਨੂੰ ਦਿੰਦੇ ਨੇ। ਸਰਦਾਰ ਅਮਰਜੀਤ ਸਿੰਘ ਜੀ ਸਰਪੰਚ ਜਗਾਵੇ ਵਾਲੇ, ਨੈਬ ਸਿੰਘ ਜੀ ਗਿੱਲ USA ਵਾਲੇ, ਇਹ ਵੀਰ ਜਿਹੜੇ 1100-1100 ਰੁਪਏ ਸਾਡੇ ਕਲੱਬ ਨੂੰ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ ਇਹਨਾਂ ਮਾਣਯੋਗ ਸ਼ਖਸੀਅਤਾਂ ਦਾ। ਹੈਲੋ, ਔਰ ਨਾਲ ਅਸੀਂ ਧੰਨਵਾਦ ਕਰਦੇ ਸਾਡੇ ਸਾਰੇ ਵੀਰਾਂ ਦਾ, ਬੇਨਤੀ ਹੈ ਵੀ ਪਾਣੀ ਦਾ 2 ਨੰਬਰ ਗਰਾਊਂਡ 'ਚ ਪਹੁੰਚਦਾ ਕਰ ਦਿਓ, ਕਮੇਟੀ ਵਾਲੇ ਮੈਂਬਰ ਨੂੰ ਕਿਸੇ ਬੇਨਤੀ ਡਿਊਟੀ ਲਾ ਦਿਓ ਕਿਸੇ ਦੀ।
ਔਰ ਨਾਲ ਹੀ ਮੇਰੀ ਬੇਨਤੀ ਹੈ ਟੀਮਾਂ ਨੂੰ ਕੋਰੇ ਵਾਲਾ ਔਰ ਕੋਚ ਸਿੰਘ ਵਾਲਾ ਤੇ ਮਾਲਾ ਖੁਰਦ ਮਾਲਾ ਖੁਰਦ ਆ ਗਈ ਜੀ ਭੱਲੇ ਗਏ ਸੁਨੇਹਰ ਆ ਗਏ ਜੀ ਦੇਸ਼ ਰਾਜ ਕਲੱਬ ਭਰੂਰ ਤੇ ਸੂਰਪੁਰ ਇਹਨਾਂ ਟੀਮਾਂ ਨੂੰ ਬੇਨਤੀ ਵੀ ਦੋ ਮਿੰਟ ਤੋਂ ਪਹਿਲਾਂ ਗਰਾਊਂਡ ਵਿੱਚ ਪਹੁੰਚ ਜਾਣ ਜੀ ਆਹ ਦੋ ਨੰਬਰ ਗਰਾਊਂਡ ਵਿੱਚ ਧਿਆਨ ਦਿਆ ਸੁਣ ਲਓ ਕਿ ਜਿਹੜੀਆਂ ਮੈਂ ਚਾਰ ਟੀਮਾਂ ਨੂੰ ਆਵਾਜ਼ ਮਾਰੀ ਦੋ ਨੰਬਰ ਗਰਾਊਂਡ ਹਾਂਜੀ ਹਾਂਜੀ ਸਾਡੇ ਬਹੁਤ ਹੀ ਸਤਿਕਾਰਯੋਗ ਜੇ ਇੱਥੋਂ ਤੱਕ ਵੀ ਕਹਿ ਲਏ ਸਾਡੇ ਠੱਕਰਪੱਤੀ ਦੇ ਦਰਸ਼ਨ ਸਿੰਘ ਕੈਨੇਡਾ ਜਿਨ੍ਹਾਂ ਨੂੰ ਇਸ ਕਬੱਡੀ ਟੂਰਨਾਮੈਂਟ ਦੇ ਨਾਲ ਤੇ ਕਬੱਡੀ ਖੇਡ ਮਾਂ ਦੇ ਨਾਲ ਅਤਿਅੰਤ ਪਿਆਰ ਹੈ ਅਸੀਂ ਇੱਥੋਂ ਤੱਕ ਵੀ ਝਿਜਕਣ ਤੋਂ ਨਹੀਂ ਡਰਦੇ ਵੀ ਜਿਹੜਾ ਇਹ ਖੇਡ ਕਬੱਡੀ ਦਾ ਮੇਲਾ ਹੈ ਇਹਨਾਂ ਨੇ ਮੁੱਢ ਬੰਨਿਆ ਤੇ ਜਿਹੜੇ ਸਾਡੇ ਖੇਡ ਮੇਲੇ ਦੀ ਪੂਰੀ ਜਵਾਨੀ ਭਾਰਾ ਹਨ ਇਹਨੂੰ ਸੰਭਾਲਣ ਦੀ ਵੀ ਲੋੜ ਆ ਸਾਡਾ ਫਰਜ਼ ਬਣਦਾ ਅਸੀਂ ਫਿਰ ਦਰਸ਼ਨ ਸਿੰਘ ਕੈਨੇਡਾ ਇਹਨਾਂ ਦਾ ਪਰਿਵਾਰ ਜੋ ਪਹਿਲਾਂ ਤੋਂ ਬੜੇ ਗੱਫਿਆਂ ਦੇ ਨਾਲ ਇਸ ਟੂਰਨਾਮੈਂਟ ਨੂੰ ਨਵਾਜਦਾ ਸੀ ਹੁਣ ਵੀ ਇਹ ਯਾਦ ਕਰਦੇ ਇਸ ਟੂਰਨਾਮੈਂਟ ਨੂੰ ਅਸੀਂ ਇੱਥੇ ਆਇਆਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਅੱਗੇ ਤੋਂ ਵੀ ਆਸਾ ਕਰਦੇ ਹਾਂ ਕਿ ਇਸ ਖੇਡ ਮੇਲੇ ਦੀ ਸ਼ਾਨੋ ਸ਼ੌਕਤ ਦੇ ਵਿੱਚ ਵਾਧਾ ਕਰਦੇ ਰਹਿਣਗੇ ਜੀ ਦਰਸ਼ਨ ਸਿੰਘ ਜੀ ਗਿੱਲ ਅੰਟਾਰੀਓ ਦੀ ਬਹੁਤ ਵੱਡੀ ਕਬੱਡੀ ਦੀ ਸ਼ਖਸੀਅਤ ਨੇ ਅੰਟਾਰੀਓ ਕਬੱਡੀ ਫੈਡਰੇਸ਼ਨ ਦੇ ਜਨਰਲ ਸੈਕਟਰੀ ਨੇ ਦਰਸ਼ਨ ਸਿੰਘ ਗਿੱਲ ਦਾ ਬਹੁਤ ਵੱਡਾ ਨਾਮ ਹੈ ਕੈਨੇਡਾ ਦੀ ਖੇਡ ਕਬੱਡੀ ਦੁਨੀਆ ਦੇ ਵਿੱਚ ਸਰਦਾਰ ਅਮਰਜੀਤ ਸਿੰਘ ਜੀ ਸਰਪੰਚ ਜਗਾਵੇ ਵਾਲੇ ਇਹਨਾਂ ਨੇ ਸਾਡੀ ਕਲੱਬ ਨੂੰ 1100 ਰੁਪਏ ਦਿੱਤਾ
ਨੌਜਵਾਨ ਅਰਸ਼ੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਮੇਰੇ ਵੀਰੋ ਔਰ ਨੌਜਵਾਨ ਬੱਬੇ ਨੂੰ ਟੱਚ ਕਰਕੇ ਪੁਆਇੰਟ ਅਰਸ਼ੂ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ। ਸ਼ੋਸ਼ਕ ਤੇ ਜੀਰਾ ਰਾਣਾ ਕਲੱਬ ਗਾਦਰ ਤੇ ਮਾਨੋ ਕੇ ਗਿੱਲ ਇਹ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਭਲੂਰ ਦੀ ਟੀਮ ਜਿਹੜੀ ਇਸ ਮੈਚ ਦੀ ਜੇਤੂ ਟੀਮ ਹੈ, ਬਾਬਾ ਰੋਕੜਦਾਸ ਕਲੱਬ ਭਲੂਰ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ। ਸ਼ੋਸ਼ਕ ਤੇ ਜੀਰਾ ਇਹਨਾਂ ਟੀਮਾਂ ਦੇ ਜਲਦੀ ਨਾਲ ਮੈਚ ਸ਼ੁਰੂ ਕਰਵਾਤਾ ਜਾਵੇ। ਰਾਣਾ ਕਲੱਬ ਦਾਦਰ ਦੇ ਮਾਰੂ ਕੇ ਗਿੱਲ ਇਹ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਨਾਲ ਹੀ ਘੋੜੀਆ ਤੇ ਲੰਘੇ ਦੱਦਾ ਉਰ ਤੇ ਸਾਫੂ ਵਾਲਾ ਲੋ ਸਾਹਮਣੇ ਬਹੁਤ ਹੀ ਇੱਧਰ ਵੀ ਦੋ ਨੰਬਰ ਗਰਾਊਂਡ ਦੇ ਵਿੱਚ ਬੜਾ ਵਧੀਆ ਮੈਚ ਚੱਲ ਰਿਹਾ। ਹੈਲੋ, ਅਸੀਂ ਪਾਣੀ ਵਾਲੇ ਵੀਰਾਂ ਨੂੰ ਵਾਰ ਵਾਰ ਬੇਨਤੀ ਕਰੀ ਜਾਂਦੇ ਹਾਂ, ਸਾਡੀ ਗੱਲ ਕਿਉਂ ਨੀ ਸੁਣਦੇ? ਦਰਸ਼ਕਾਂ ਦੇ ਉੱਤੇ ਕਿੰਨੀ ਮਿੱਟੀ ਜਾਂਦੀ ਹੈ, ਸਾਡਾ ਸਾਰਾ ਪ੍ਰਬੰਧ ਕੀਤਾ ਹੋਇਆ, ਪੈਪ ਵਿਛਿਆ ਪਿਆ ਹੈ, ਉਹ ਦੋਨੇ ਜੋ ਸੇਵਾਦਾਰ ਹੈ ਉਹ ਜਲਦੀ ਤੋਂ ਜਲਦੀ ਗਰਾਊਂਡ 'ਚ ਆ ਜਾਣਾ ਇਸ 'ਚ ਇੱਕ ਨੰਬਰ ਗਰਾਊਂਡ ਦੇ ਵਿੱਚ। ਹੈਲੋ, ਸਾਡੇ ਵੀਰ ਕੁਲਵੰਤ ਵੱਲੋਂ ਜਸਪ੍ਰੀਤ ਜੱਸੀ ਨੂੰ ਤੇ ਬੱਬੂ ਕਬੱਡੀ ਖਿਡਾਰੀ ਨੂੰ ਕੱਲ ਅੱਜ 5500 ਰੁਪਏ ਦਾ ਸਨਮਾਨ ਕੀਤਾ ਜਾਣਾ ਜੀ। ਔਰ ਨਾਲ ਹੀ ਕਬੱਡੀ ਖਿਡਾਰੀ ਹੈਲੋ ਔਰ ਕਬੱਡੀ ਖਿਡਾਰੀ ਗੋਰੇ ਨੂੰ ਵੀ ਸਾਡੇ ਵੀਰ ਮਨਜਿੰਦਰ ਸਿੰਘ ਬਿੱਟੂ ਔਰ ਗੋਰਾ ਕਨੇਡਾ ਵਾਲਾ ਤੇ ਮਨਜਿੰਦਰ ਬਿੱਟੂ ਵੱਲੋਂ 11000 ਰੁਪਏ ਦਾ ਕਬੱਡੀ ਖਿਡਾਰੀ ਗੋਰੇ ਦਾ ਵਿਸ਼ੇਸ਼ ਸਨਮਾਨ ਹੋਵੇਗਾ ਤੇ ਨਾਲ ਹੀ 5500 ਰੁਪਏ ਬੱਬੂ ਤੇ ਜੱਸੀ ਨੂੰ ਸਾਡੇ ਵੀਰ ਧਰਮੰਤ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ। ਉਹਨਾਂ ਦੀ ਧੰਨਵਾਦ ਕਰਦੇ ਹਾਂ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਧਰਮੰਤ ਸਰਦਾਰ ਹਰਚਰਨ ਸਿੰਘ ਗੱਲ ਦੇ ਪਰਿਵਾਰ ਜਹਾਂ ਜੀ ਹਾਂ ਜੀ ਰਾਜ ਸ਼ੋਲੀ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਇੱਕ ਪਾਸੇ ਕਹਿੰਦੇ ਸ਼ੋਸ਼ਕ ਦੀ ਟੀਮ ਪੁੱਜ ਗਈ ਹੈ ਸਟੇਡੀਅਮ ਵਾਲੀ ਸਾਈਡ ਤੇ ਦੂਸਰੇ ਪਾਸੇ ਕਹਿੰਦੇ ਜੀਰੇ ਦੀ ਟੀਮ ਹੈ। ਰਾਣਾ ਕਲੱਬ ਦਾਦਰ ਤੇ ਮਾਨੋ ਕੇ ਗਿੱਲ ਦੀਆਂ ਟੀਮਾਂ ਅਗਲੇ ਮੈਚ ਲਈ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪਹੁੰਚਣ। ਰਾਣਾ ਕਲੱਬ ਦਾਦਰ ਤੇ ਮਾਨੋ ਕੇ ਗਿੱਲ ਘੋੜੀਆ ਤੇ ਲੰਡੇ ਨਾਲ ਦੱਦਾ ਉਰ ਤੇ ਸਾਫੂ ਵਾਲਾ ਸੈਦੋ ਕੇ ਤੇ ਲੱਲੇ ਮਾਲਾ ਕਲਾਂ ਤੇ ਪੰਜ ਗਰਾਈ ਕਲਾਂ ਭਿੰਡਰ ਤੇ ਭਣਾਣਾ ਇਹ ਟੀਮਾਂ ਜਿਹੜੀਆਂ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਣ। ਸ਼ੋਸ਼ਕ ਤੇ ਜੀਰੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਖੇਡਿਆ ਜਾ ਰਿਹਾ ਹੈ। ਰਾਣਾ ਕਲੱਬ ਦਾਦਰ ਤੇ ਮਾਨੋ ਕੀ ਗਿੱਲ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਜਿਹੜਾ ਖੇਡ ਕਬੱਡੀ ਦਾ ਖੇਡਿਆ ਜਾ ਰਿਹਾ ਹੈ। ਇਹ ਦੋਨੋਂ ਟੀਮਾਂ ਜਿਹੜੀਆਂ ਤਿਆਰ ਰਹਿਣਗੀਆਂ। ਇੱਧਰ ਨੌਜਵਾਨ ਸ਼ੋਸ਼ਕ ਦੀ ਧਰਤੀ ਜ਼ਿਲ੍ਹੇ ਫਿਰੋਜ਼ਪੁਰ ਦਾ ਬੜਾ ਮਸ਼ਹੂਰ ਪਿੰਡ ਹੈ ਸੋਖੇ ਵਰਗੀ ਦੁਨੀਆ ਭਰ ਦੇ ਮਹਾਨ ਕਬੱਡੀ ਖਿਡਾਰੀ ਪੈਦਾ ਕੀਤੇ ਹੈ, ਭਾਵੇਂ ਕੁਲਵਿੰਦਰ ਗਿਆਨੀ ਦੀ ਗੱਲ ਹੈ। ਇੱਧਰ ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਚਾਰ ਜਾਫੀਆਂ ਦੇ ਵਿੱਚ ਵੇਖਦਾ ਵੀ ਹੁਣ ਕੌਣ ਜੱਫਾ ਲਾ ਕੇ ਬਲਕਰਨ ਵਰਗੇ ਨੌਜਵਾਨਾਂ ਦੇ ਵਿੱਚ ਕੌਣ ਜੱਫਾ ਲਾ ਕੇ ਆਪਣੀ ਟੀਮ ਲਈ ਲੱਖਾਂ ਜਾਂ ਪੁਆਇੰਟ ਜੋੜਦਾ ਜਾਂ ਫਿਰ ਇਹ ਨੌਜਵਾਨ ਗੱਭਰੂ ਜੀਰੇ ਦੀ ਟੀਮ ਦੇ ਲਈ ਮੇਰੇ ਵੀ ਉਹ ਸੀਪਾ ਪੁਆਇੰਟ ਜੋੜੇਗਾ। ਮੈਂ ਧਾਲੀ ਦਾ ਬੋਲਿਆ ਹੋਇਆ ਢਾਵਾ ਕਿ ਧਾਲੀ ਕਹਿੰਦਾ ਉੱਡ ਉੱਡ ਪਾਊਂਗਾ ਕਬੱਡੀਆਂ ਠਿੱਕਾ ਲੱਦਾ ਮਾਹਾਂ ਵਿੱਚ ਤਾਕਤਾਂ ਨੇ ਵੱਡੀਆਂ ਠਿੱਕ ਮਾਂ ਵਿੱਚ ਤਾਕਤਾਂ ਨੇ ਵੱਡੀਆਂ ਪੁਆਇੰਟ ਕਹਿੰਦੇ ਧਾਲੀ ਦਾ ਇਸ ਲਈ ਵਾਲੇ ਇਸ ਨੌਜਵਾਨ ਗੱਭਰੂ ਦੇ ਹਿੱਸੇ ਜੁੜਦਾ ਹੋਇਆ। ਰਾਣਾ ਕਲੱਬ ਦਾਦਰ ਤੇ ਮਾਨੋ ਕੇ ਗਿੱਲ ਦੋਨੋਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਕਿਉਂਕਿ ਮੈਚ ਸਮਾਪਤ ਹੋਣ ਵਾਲਾ ਹੈ। ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਵੀ ਦੋਨੋਂ ਟੀਮਾਂ ਜਲਦੀ ਨਾਲ ਗਰਾਊਂਡ 'ਚ ਆ ਜਾਣ। ਰਾਣਾ ਕਲੱਬ ਦਾਦਰ ਤੇ ਨਾਲ ਮਾਨੋ ਕੇ ਗਿੱਲ ਇੱਧਰ ਸ਼ੋਸ਼ਕ ਵਾਲਾ ਨੌਜਵਾਨ ਕਬੱਡੀ ਪਾਉਂਦਾ ਹੋਇਆ ਜੀਰੇ ਵਾਲਾ ਜਾਫੀ ਪੂਰੀ ਕੋਸ਼ਿਸ਼ ਕਰਦਾ ਪਰ ਪੁਆਇੰਟ ਕਹਿੰਦੇ ਧਾਵੀ ਦਾ ਹੈ ਇਸ ਲਈ ਪੁਆਇੰਟ ਧਾਵੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਸੀਪਾ ਖੇਡ ਮੈਦਾਨ ਦੇ ਵਿੱਚ ਜੀਰੇ ਦੀ ਧਰਤੀ ਦਾ ਵਧਿਆ ਹੋਇਆ ਉੱਧਰ ਚਾਰ ਜਾਫੀ ਬਿਲਕੁਲ ਤਿਆਰ ਨੇ ਕਿ ਆ ਰਹੀ
ਆਰੀ ਆ ਰਹੀ ਉਹ ਕਿਹੜੀ ਖੇਡ ਮਿੱਤਰੋ ਜੋ ਖੇਡਾਂ ਚੋਂ ਖੇਡ ਨਿਆਰੀ ਉਸ ਨੂੰ ਕਬੱਡੀ ਆਖਦੇ ਜਿਹੜੀ ਲੱਗੇ ਜਾਣ ਤੋਂ ਤਿਆਰੀ ਖੇਡਾਂ ਭਾਵੇਂ ਹੋਰ ਬੜੀਆਂ ਸਾਡੀ ਕਬੱਡੀ ਦੀ ਸਰਦਾਰੀ ਬਾਕੀ ਪੂਰੀ ਦੁਨੀਆਂ ਵਿੱਚ ਸਰਦਾਰੀ ਹੈ ਇਸ ਖੇਡ ਕਬੱਡੀ ਦੀ ਤਾਂ ਪੁਆਇੰਟ ਇਸ ਲਈ ਜਾਫੀ ਦਾ ਅਗਲੀ ਕਬੱਡੀ ਫਿਰ ਨੌਜਵਾਨ ਪਾਉਣ ਦੇ ਵੀ ਵਾਧਾ ਹੋਇਆ ਰਾਣਾ ਕਲੱਬ ਦਾਊਦ ਤੇ ਮਾਨੂ ਕੇ ਗਿੱਲ ਅਗਲੇ ਮੈਚ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ ਚ ਆ ਜਾਣ ਰਾਣਾ ਕਬੱਡੀ ਕਲੱਬ ਦਾਊਦ ਤੇ ਮਾਨੂ ਕੇ ਗਿੱਲ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਹੈਲੋ ਦੋ ਨੰਬਰ ਵਾਰਡ ਦੇ ਵਿੱਚੋਂ ਮਹਿੰਦੀਪੁਰਾ ਦੀ ਟੀਮ ਜਿਹੜੀ ਜਿੱਤ ਗਈ ਨੋਟ ਕਰੋ ਮਹਿੰਦੀਪੁਰਾ ਟੀਮ ਆ ਦੋ ਨੰਬਰ ਵਾਰਡ ਤੇ ਜਿੱਤ ਗਈ ਆ ਆਹ ਦੂਸਰਾ ਮੈਚ ਜਿਹੜਾ ਹੋਵੇ ਕੋਚ ਸਿਵਾਲਾ ਤੇ ਮਾਲਾਖੁਰਦ ਦੋਨੇ ਟੀਮਾਂ ਜਲਦੀ ਪਹੁੰਚ ਜਾਓ ਕੋਚ ਸਿਵਾਲਾ ਤੇ ਮਾਲਾਖੁਰਦ ਭੱਲੇ ਕੇ ਤੇ ਸੁਨੇਹਾ ਦੀ ਤਿਆਰੀ ਖਿੱਚੋ ਨਾਲ ਹੀ ਬਾਬਾ ਦੇਸ਼ਰਾਜ ਕਲੱਬ ਪਲੋਹੜ ਤੇ ਰਸੂਲਪੁਰੀਆ ਵੀ ਗੋਟੇ ਕਾਫਲੇ ਮਿਲੇ ਹੋਏ ਦੋਨ ਬਗਾਉਣ ਦੇ ਲਈ ਟੀਮਾਂ ਤਿਆਰ ਹੋ ਜਾਣ ਜੀ ਮੇਰੀ ਬੇਨਤੀ ਹੈ ਰਾਣਾ ਕਲੱਬ ਦਾਦਰ ਦੇ ਮਾਨੂ ਕੇ ਗਿੱਲ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ 5 ਫਰਵਰੀ ਕਹਿੰਦੇ ਸ਼ੇਰਪੁਰ ਕਲਾਂ ਦੀ ਕਬੱਡੀ ਟੂਰਨਾਮੈਂਟ ਦੀ ਹੈ ਸਾਰੇ ਦਰਸ਼ਕ ਵੀਰਾਂ ਨੂੰ ਖੁੱਲੇ ਸੱਦੇ ਹੈ ਕਬੱਡੀ ਓਪਨ ਦੀਆਂ ਟੀਮਾਂ ਔਰ 6 ਫਰਵਰੀ ਭੇਖੇ ਦੇ ਕਬੱਡੀ ਟੂਰਨਾਮੈਂਟ ਦੀ ਹੈ ਮੇਰੇ ਵੀਰੋ ਭੇਖੇ ਦੇ ਟੂਰਨਾਮੈਂਟ ਦੀ ਮਾਸਟਰ ਦਵਿੰਦਰ ਸਿੰਘ ਜੀ ਆਪ ਸਭ ਨੂੰ ਸੱਦਾ ਦੇ ਰਿਹਾ 6 ਫਰਵਰੀ ਨੂੰ ਜਿਹੜੇ ਮੈਚ ਕਰਵਾਏ ਜਾਣਗੇ ਲਾ ਭਾਈ ਮੈਂ ਲਾ ਬਾਰ 4-15 ਅੱਧਾ ਕੱਢ ਰਹੀ ਹਾਂ ਪਹਿਲਾਂ ਮਗਰੋਂ ਪਹਿਲੋਂ ਭੁੱਗੀ ਦੋ ਨੰਬਰ ਡੋਡੂ ਨੰਬਰ ਤਾਂ ਇੰਨਾ ਹਾਰ ਜਿਹੜਾ ਆਪਣੀਆਂ ਕਿੰਨੇ ਬੋਲੇ ਨੇ ਤੂੰ ਮੀਠਾ ਬੋਲ ਨੰਬਰ 4 ਕੋਲ ਨੰਬਰ 5 ਠਾਣਾ ਨਹੀਂ ਕਹੀ ਜਾਣ ਜਿਹੜਾ ਪਹਿਲਾਂ ਚੱਕੇ ਨੇ ਚੱਲਦਾ ਸਾਡਾ ਨੰਬਰ 6 ਕੁੱਤਾ ਨੰਬਰ 7 ਬਿੱਲੀ ਮਿਆਓ 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 ਨੰਬਰ 8 ਬੱਕਰੀ ਚਿੜੀ ਬੋਲਦੀ ਨੰਬਰ 9 ਬਾਬਾ ਨੰਬਰ 10 ਘੋੜਾ ਨੰਬਰ 11 ਕੱਤ ਲੱਗੇ ਨੰਬਰ 12 ਬਿਲਡਿੰਗ ਲੱਗ ਗਈ ਨੰਬਰ 13 ਬਿਲਡਿੰਗ ਹੋਣੀ ਨੰਬਰ 14 ਕੱਟਾਂ ਦੇ ਮਾਰ ਇਹ ਸਾਡਾ ਵੀਰ ਦਰਸ਼ਕਾਂ ਵਿੱਚ ਗੇੜਾ ਲਾਵੇਗਾ ਇਹਦਾ ਜ਼ਰੂਰ ਮਾਨ ਸਨਮਾਨ ਕਰਨਾ ਹੈ ਸ਼ੋਸ਼ਕ ਦੀ ਟੀਮ ਜੇਤੂ ਵਾਲੀ ਨੋਟ ਕਰ ਲਓ ਆਹ ਮੈਚ ਬਹੁਤ ਤਕੜਾ ਮੈਚ ਖੇਡਿਆ ਜਾਣਾ ਹੈ ਰਾਣਾ ਕਬੱਡੀ ਕਲੱਬ ਦਾਦਰ ਤੇ ਮੇਰੇ ਵੀਰੋ ਮਾਨੂ ਕੇ ਗਿੱਲਾਂ ਦੀਆਂ ਟੀਮਾਂ ਦੇ ਦਰਮਿਆਨ ਬਹੁਤ ਤਕੜਾ ਮੈਚ ਖੇਡ ਕਬੱਡੀ ਦਾ ਖੇਡ ਗਰਾਊਂਡ ਹੋਣ ਜਾ ਰਿਹਾ ਹੈ ਅਗਲੇ ਮੈਚ ਦੀਆਂ ਟੀਮਾਂ ਘੋੜੀਆਂ ਤੇ ਲੰਡੇ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਘੋੜੀਆਂ ਤੇ ਲੰਡਿਆਂ ਦੀਆਂ ਟੀਮਾਂ ਜਲਦੀ ਨਾਲ ਖੇਡ ਗਰਾਊਂਡ ਦੇ ਵਿੱਚ ਪੁੱਜਣ ਰਾਣਾ ਕਬੱਡੀ ਕਲੱਬ ਦਾਦਰ ਦੇ ਮਾਨੂ ਕੇ ਗਿੱਲ ਦੀਆਂ ਟੀਮਾਂ ਦੇ ਦਰਮਿਆਨ ਬਹੁਤ ਤਕੜਾ ਮੈਚ ਪਾਣੀ ਦਾ ਜੀ
ਜਲਦੀ ਨਾਲ ਮੈਚ ਸ਼ੁਰੂ ਕਰਵਾ ਦਿਓ, ਮੇਰੀ ਬੇਨਤੀ ਹੈ। ਰਾਣੀ ਟੀਮ ਜਲਦੀ ਪਹੁੰਚੀ ਹੈ, ਦੋ ਨੰਬਰ ਗਰਾਊਂਡ ਵਿੱਚ ਭੱਲੇ ਗਏ ਟੀਮ ਗਰਾਊਂਡ ਪਹੁੰਚ ਚੁੱਕੀ ਆ, ਭਲੋਰ ਦੀ ਟੀਮ ਪਹੁੰਚ ਗਈ ਆ, ਰਸੂਲਪੁਰ ਵੀ ਪਹੁੰਚ ਗਈ ਜੀ, ਆ ਗਈ ਰਸੂਲਪੁਰ ਵੀ ਸਨੇਹ ਸਨੇਹ ਆ ਸਨੇਹ ਆ ਗਏ ਵੀ ਆ, ਠੀਕ ਹੈ ਜੀ, ਮਿਹਰਬਾਨੀ ਆਓ ਜੀ ਆਓ ਜੀ। ਹੈਲੋ ਬਾਈ, ਸਾਢੇ ਸੱਤ ਸੱਤ ਜੀ, ਸੱਤ ਸੱਤ ਸਾਢੇ ਸੱਤ ਅੱਠ, ਸਾਢੇ ਸੱਤ ਜਾਂ ਅੱਠ ਪੁਆਇੰਟ ਜਿਸ ਟੀਮ ਨੇ ਪਹਿਲਾਂ ਹੋ ਗਈ ਉਹ ਟੀਮ ਇਸ ਮੈਚ ਦੀ ਵਿਨਰ ਟੀਮ ਹੋਵੇਗੀ। ਨਾਲ ਇਸ ਵੇਲੇ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ, ਇੱਕ ਪਾਸੇ ਰਾਣਾ ਕਬੱਡੀ ਕਲੱਬ ਦੌਧਰ ਦੀ ਟੀਮ ਪੁੱਜ ਗਈ ਹੈ ਸਟੇਡੀਅਮ ਵਾਲੀ ਸਾਈਡ, ਤੇ ਦੂਸਰੇ ਪਾਸੇ ਮੇਰੇ ਵੀਰੋ ਟੀਮ ਜਿਹੜੀ ਮਾਨੋ ਕੇ ਗਿੱਲਾਂ ਦੀ ਹੈ, ਦੋਨੋਂ ਟੀਮਾਂ ਦੇ ਦਰਮਿਆਨ ਬਹੁਤ ਤਕੜਾ ਮੈਚ ਖੇਡ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ। ਇੱਕ ਪਾਸੇ ਕਹਿੰਦੇ ਨੌਜਨ ਗੱਭਰ ਸੋਨਾ ਘੱਲ ਕਲਾਂ ਵਾਲਾ ਇਸ ਏਰੀਏ ਦਾ ਟਾਪ ਦਾ ਜਾਫੀ ਖੇਡ ਰਿਹਾ, ਇੱਧਰ ਬਲਦੇਵ ਸਿੰਘ ਪਿਰਥੀ ਦਾਦਰ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਹੇ ਮੇਰੇ ਵੀਰੋ, ਚਾਰ ਜਾਫੀ ਨੇ ਤੇ ਸਾਹਮਣੇ ਨੌਜਨ ਗੱਭਰੂ ਨੇ ਚੇਤ ਲਈ ਕੋਸ਼ਿਸ਼ ਕੀਤੀ ਹੈ, ਪਰ ਪਿਰਥੀ ਦਾਦਰ ਪਿੰਡ ਦਾ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ। ਅਗਲੀ ਕਬੱਡੀ ਕੇ ਨਿਹਾਲ ਸਿੰਘ ਵਾਲੇ ਕੋਲੇ ਪਿੰਡ ਦਾ ਜਵਾਨ ਦਾ ਲਾਡੀ ਹੈ ਨਾ ਕੌਡੀ ਦੇ ਸੱਜਰੇ ਤੂਫਾਨ ਦਾ, ਲਾਡੀ ਹੈ ਨਾ ਕਬੱਡੀ ਦੇ ਸੱਜਰੇ ਤੂਫਾਨ ਦਾ, ਤੂਫਾਨ ਵਰਗਾ ਧਾਵੀ ਹੈ ਮਾਨੂ ਕੇ ਗਿੱਲ ਪਿੰਡ ਦਾ ਨੌਜਵਾਨ ਮਨਦੀਪ ਸਿੰਘ, ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ। ਅਗਲੀ ਕਬੱਡੀ ਨੌਜਵਾਨ ਬੂਟਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਪਾਉਣ ਦੇ ਲਈ ਵਾਧਾ ਹੋਇਆ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ, ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ, ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਾ ਰਹਿੰਦੇ ਗੁੱਜੇ, ਕੌਣ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਾ ਪੈਂਦੇ ਗੁੱਜੇ, ਨੌਜਵਾਨ ਬੂਟੇ ਦੀ ਭਾਈ ਹੋਈ ਕਬੱਡੀ ਹੈ। ਇੱਕ ਪਾਸੇ ਕਾਂਗੜਾ ਆ ਨੌਜਵਾਨ ਜਾਫੀ ਕਹਿੰਦੇ ਦੁਨੀਆਂ ਦੇ ਟਾਪ ਦੇ ਜਾਫੀਆਂ ਵਿੱਚ ਨਾਮ ਹੈ, ਕਨੇਡਾ ਦੇ ਖੇਡ ਮੈਦਾਨਾਂ ਵਿੱਚ ਤਕੜਾ ਖੇਡਿਆ, ਪੰਜਾਬ ਦੇ ਕੱਪਾਂ ਤੇ ਤਕੜਾ ਖੇਡਦਾ, ਪਰ ਵੇਖੋ ਸਾਹਮਣੇ ਬੂਟਾ ਨੌਜਵਾਨ ਗੱਭਰੂ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ। ਆ ਨੌਜਵਾਨ ਖਿਡਾਰੀ ਰਸੂਲਪੁਰੀਏ ਕਾਲੂ ਤੋਂ ਬਾਅਦ ਮਸਤਾ ਦੇ ਤੌਰ ਤੇ ਜਾਣਾ ਜਾਂਦਾ, ਛੋਟੀ ਉਮਰ ਦੇ ਵਿੱਚ ਵੱਡੀ ਪੁੱਟਣ ਵਾਲਾ ਖਿਡਾਰੀ, ਮਾਨੋ ਕੇ ਦਾ ਜੀਵਨ ਦੁਨੀਆ ਭਰ ਦਾ ਚਹੇਤਾ ਬਣ ਗਿਆ, ਲੋਕੀ ਗੱਲਾਂ ਕਰਦੇ ਵਿਦੇਸ਼ਾਂ ਦੇ ਵਿੱਚ ਕਿ ਮਾਨੋਕਾ ਦਾ ਇੱਕ ਗੱਭਰੂ ਉੱਠਿਆ ਤੇ ਪੰਜਾਬ ਦੇ ਵਿੱਚ ਤਹਿਲਕਾ ਮਚਾਈ ਫਿਰਦਾ, ਜੀਵਨ ਮਾਨੋਕੇ ਦਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ। ਬਲਦੇਵ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਮੇਰੇ ਵੀਰੋ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਇੱਕ ਪਾਸੇ ਕੌੜਾ ਨਾਲ ਕਹਿੰਦੇ ਚੇਤ ਹੈ, ਨਾਲ ਕਹਿੰਦੇ ਚੈਨ ਹੈ ਤੇ ਨਾਲ ਘੱਲ ਕਲਾਂ ਵਾਲਾ ਸੁਣ ਹੈ। ਆ ਨੌਜਵਾਨ 155 ਪਾਉਣ ਦੇ ਵਿੱਚ ਫਰੀਜ਼ਰ ਵੈਲੀ ਦੀ ਖੇਡ ਕਬੱਡੀ ਕਲੱਬ ਨੂੰ ਕਨੇਡਾ ਦੇ ਮੈਦਾਨਾਂ ਵਿੱਚ ਖੇਡਣ ਵਾਲਾ ਜਾਤੀ ਕਾਰਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਕਿ ਜੱਗ ਉੱਤੇ ਹੋ ਮਸ਼ਹੂਰ ਪਿੰਡ ਮਾਨੋ ਕੇ ਗਿੱਲ ਗਿਆ, ਖੇਡ ਕੌਡੀ ਨੂੰ ਲੋਕੋ ਦੂਜਾ ਕਾਲੂ ਮਿਲ ਗਿਆ, ਜੋਸ਼ ਤਾਂ ਉਹਦੇ ਵਾਲੇ ਦੇ ਹੌਲੀ ਹੌਲੀ ਬਣ ਜੂ ਵਾਢੀ, ਖੇਡ ਮੈਦਾਨਾਂ ਵਿੱਚ ਛਾ ਗਿਆ ਲੋਕੋ, ਮਾਨੋ ਕੇ ਦਾ ਲਾਡੀ ਛਾਇਆ ਪਿਆ, ਪਰ ਦੂਸਰੇ ਪਾਸੇ ਕਿ ਬੰਤ ਸਿੰਘ ਦਾ ਪੁੱਤਰ ਹੈ ਮੇਰੇ ਵੀਰੋ, ਖਿਡਾਰੀ ਨੇ ਸੱਟ ਲੱਗੀ ਹੈ, ਸੱਚੇ ਪਾਤਸ਼ਾਹ ਮਿਹਰ ਕਰੇ।
ਬਾਲ ਵੀ ਡੇਂਗਾ ਨਾ ਹੋਵੇ ਇਸ ਨੌਜਵਾਨ ਖਿਡਾਰੀ ਦਾ ਕਿ ਮਾਰਨ ਡੰਡ ਤੇ ਚੱਕਣ ਵੇਟ ਵੱਜੇ ਨਾ ਕਿਸੇ ਦੇ ਸੱਟ ਵੇਟ ਦੌੜਿਆ ਤੇ ਬਹੁਤ ਟੈਟੂ ਜੀਤੇ ਸ਼ੇਰ ਮਾਲਕਾ ਖੇਡ ਕਬੱਡੀ ਉੱਤੇ ਰੱਖੀ ਤੂੰ ਮੇਰ ਮਾਲਕਾ ਮੂੰਹ ਸਪਰੇ ਜਲਦੀ ਨਾਲ ਮੇਰੀ ਬੇਨਤੀ ਵੀਰਾਂ ਨੂੰ ਖੇਡ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ ਸੱਚੇ ਪਾਤਸ਼ਾਹ ਕਿਰਪਾ ਰੱਖੇ ਇਹਨਾਂ ਕਬੱਡੀ ਖਿਡਾਰੀਆਂ ਤੇ ਜਿੱਦਾਂ ਸੁੱਖੀ ਸਾਂਦੀ ਘਰਾਂ ਤੋਂ ਖੇਡਣ ਲਈ ਆਉਂਦੇ ਆ ਇੱਦਾਂ ਹੀ ਮੈਚ ਖੇਡ ਕੇ ਸ਼ਾਮ ਨੂੰ ਆਪਣੇ ਘਰਾਂ ਨੂੰ ਸੁੱਖੀ ਸਾਂਦੀ ਵਾਪਸ ਜਾਣ ਸੱਚੇ ਪਾਤਸ਼ਾਹ ਮੇਰ ਰੱਖੇ ਖੇਡ ਕਬੱਡੀ ਤੇ ਇਹਨਾਂ ਕਬੱਡੀ ਪਲੇਅਰਾਂ ਤੇ ਅਗਲੇ ਮੈਚ ਦੀਆਂ ਟੀਮਾਂ ਘੋਲੀਆ ਤੇ ਲੰਡੇ ਟੀਮਾਂ ਤਿਆਰ ਰਹਿਣ ਘੋਲੀਆ ਤੇ ਲੰਡਿਆਂ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਖੇਡਿਆ ਜਾਣਾ ਉਸ ਤੋਂ ਬਾਅਦ ਦੱਦਾ ਊਠ ਤੇ ਸਾਫੂ ਵਾਲਾ ਸੈਦੋਕੇ ਤੇ ਲੱਲੇ ਮਾਲਾ ਕਲਾਂ ਤੇ ਪੰਜ ਗ੍ਰਾਈ ਕਲਾਂ ਭਿੰਡਰ ਤੇ ਪੜਾਣਾ ਇਹ ਵੀ ਟੀਮਾਂ ਦੇ ਪਲੇ ਮੈਚਾਂ ਲਈ ਤਿਆਰ ਰਹਿਣ ਲੰਡਿਆਂ ਦੀ ਟੀਮ ਪੁੱਜੀ ਹੈ ਘੋਲੀਆ ਦੀ ਟੀਮ ਵੀ ਖੇਡ ਗਰਾਊਂਡ ਦੇ ਲਾਗੇ ਪੁੱਜ ਜਾਵੇ ਘੋਲੀਏ ਦੀ ਟੀਮ ਦੀ ਜਲਦੀ ਨਾਲ ਖੇਡ ਗਰਾਊਂਡ ਦੇ ਲਾਗੇ ਪੁੱਜ ਜਾਵੇ ਪਾਣੀ ਇਸ ਵੇਲੇ ਮੇਰੇ ਵੀਰੇ ਬੂਟਾ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਤਿਆਰੀ ਕਰਦਾ ਹੋਇਆ ਲਾਡੀ ਮੇਰੇ ਵੀਰੇ ਸੱਟ ਮਹਿਸੂਸ ਕਰਦਾ ਹੋਇਆ ਸੱਚੇ ਪਾਤਸ਼ਾਹ ਅੱਗੇ ਬਾਰ ਬਾਰ ਇਹੀ ਬੇਨਤੀ ਆ ਵੀ ਇਹਨਾਂ ਕਬੱਡੀ ਖਿਡਾਰੀਆਂ ਦਾ ਬਾਲ ਵੀ ਡਿੰਗਾ ਨਾ ਹੋਵੇ ਉਧਰ ਇਕਬਾਲ ਸਿੰਘ ਜੀ ਮੁਸਾਫਰ ਡੋਲੀ ਭਾਈ ਵਾਲੇ ਉਹ ਵੀ ਕੈਲਗਰੀ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਆ ਧੰਨਵਾਦ ਹੈ ਨਾਲ ਸੋਨਾ ਘੱਲ ਕਲਾਂ ਵਾਲਾ ਪੂਰੀ ਕੋਸ਼ਿਸ਼ ਕਰਦਾ ਵਾਰੇ ਵਾਲੀਆਂ ਟੋਨਾ ਮਾਰ ਕਰਦਾ ਇਸ ਜਾਫੀ ਤੇ ਮਿਲ ਗਏ ਅਯਾਮ ਕਬੱਡੀ ਕਲੱਬ ਰਮਿੰਦਰ ਦੀ ਟੀਮ ਦਾ ਦੁਨੀਆ ਭਰ ਦਾ ਕਹਿੰਦੇ ਵਧੀਆ ਜਾਫੀਆਂ ਵਿੱਚ ਨਾਮ ਹੈ ਸੋਨੇ ਘੱਲਾਂ ਵਾਲੇ ਦਾ ਬਹੁਤ ਤਕੜਾ ਜੱਫਾ ਲੱਗ ਗਿਆ ਆਪਣੀ ਟੀਮ ਲਈ ਰੱਖਾ ਜਿਹਾ ਪੁਆਇੰਟ ਜੋੜਦਾ ਹੋਇਆ ਮਾਣੂਕੇ ਦਾ ਜੀਵਨ ਕਬੱਡੀ ਪਾਉਣ ਦੇ ਲਈ ਮਿਲ ਗਈ ਉਹ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਇਹ ਵੀ ਨੌਜਵਾਨ ਮਸਤਾ ਵਰਗਾ ਸੁਭਾਅ ਇਸ ਖਿਡਾਰੀ ਦਾ ਮੇਰੇ ਵੀਰੋ ਬਹੁਤ ਤਕੜੀ ਕਬੱਡੀ ਪਾਉਂਦਾ ਦੁਨੀਆ ਦੇ ਸ਼ਾਰਪ ਬ੍ਰੇਨ ਧਾਰੀਆਂ ਵਿੱਚ ਨਾਮ ਹੈ ਬੜਾ ਤੇਜ਼ ਦਿਮਾਗ ਹੈ ਬੜਾ ਫੁਰਤੀਲਾ ਹੈ ਬੜਾ ਜਸ਼ੀਲਾ ਖਿਡਾਰੀ ਹੈ ਇੱਧਰ ਬਲਦੇਵ ਸਿੰਘ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਾ ਹੋਇਆ ਤਕੜਾ ਮੈਚ ਹੈ ਦੋਨੋਂ ਟੀਮਾਂ ਦੇ ਦਰਮਿਆਨ ਨੌਜਵਾਨ ਗੱਭਰੂ ਪਿਰਥੀ ਦਾਦਰ ਵਾਲਾ ਉੱਧਰ ਅਜਮੇਰ ਆਲਮ ਵਾਲੇ ਦਾ ਤੇ ਨਾਲ ਕਹਿੰਦੇ ਫੌਜੀ ਭੈਣੀ ਹੈ ਮੇਰੀ ਬੇਨਤੀ ਅਫੀਸ਼ੀਅਲ ਵੀਰਾਂ ਨੂੰ ਵੀ ਆਪਣੀ ਡਿਊਟੀ ਜਿਹੜੀ ਇਹਨਾਂ ਨੇ ਨਿਭਾਉਣੀ ਹੈ ਇੱਧਰ ਪਿਰਥੀ ਨੇ ਪੁਆਇੰਟ ਆਪਣੀ ਟੀਮ ਲਈ ਜੋੜ ਦਿੱਤਾ ਆਵੇ ਜੀਵਨ ਨੌਜਵਾਨ ਕਬੱਡੀ ਮਾਣੂ ਕੇ ਗਿੱਲਾਂ ਵਾਲਾ ਜੀਵਨ ਮੇਰੇ ਵੀਰੋ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਗੱਲ ਕਰਦਾ ਹੈ ਵੱਡੀ ਬੇਤੇ ਦਾ ਥੋੜਾ ਕੋਟ ਭਾਈ ਦੇ ਕੱਪ ਉੱਤੇ ਨੇ ਜਿੱਤਿਆ ਘੋੜਾ ਕੋਟ ਭਾਈ ਦੇ ਕੱਪ ਉੱਤੇ ਨੇ ਜਿੱਤਿਆ ਘੋੜਾ ਗੱਲ ਕਰਦਾ ਹੈ ਵੱਡੀ ਤੇ ਬੇਤੇ ਥੋੜਾ ਕਹਿੰਦੇ ਵੱਡੀ ਗੱਲ ਕਰਦਾ ਨੌਜਵਾਨ ਜੀਵਨ ਮਾਣੂ ਕੇ ਗਾੜਾ ਦੁਨੀਆ ਕੀਲ ਕੇ ਰੱਖ ਲੈਂਦਾ ਹਮਰਾ ਸਰਪੰਚ ਤੇ ਨਾਲ ਸਾਡਾ ਵੀ ਰਿੰਪ ਆਸਟ੍ਰੇਲੀਆ 100 ਰੁਪਇਆ ਭੇਜਦੇ ਆ ਜੀਵਨ ਮਾਣੂ ਕੇ ਲਈ ਇੱਧਰ ਨੌਜਵਾਨ ਗੱਭਰੂ ਬੂਟਾ ਬਹੁਤ ਤਕੜਾ ਪੁਆਇੰਟ ਆਪਣੀ ਟੀਮ ਲਈ ਜੋੜਦਾ ਹੋਇਆ ਆ ਵੀ ਜੀਵਨ ਨੌਜਵਾਨ ਕਬੱਡੀ ਮੇਰੇ ਵੀਰੋ ਜੀਵਨ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਤਿਆਰੀ ਕਰਦਾ ਹੋਇਆ ਕਿ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ ਸਿੱਧਾ ਤਕੜਾ ਨਹੀਂ ਕੋਈ ਜੰਮਦਾ
ਹਰਜਿੰਦਰ ਸਿੰਘ ਜੀ ਠੇਕੇਦਾਰ ਜੀਵਨ ਦੇ ਲਈ 100 ਰੁਪਇਆ ਭੇਜਦੇ ਆ ਕਿ ਮਾਰਾ ਖੇਡ ਕੇ ਹੀ ਖਿਡਾਰੀ ਹੁੰਦਾ ਤਕੜਾ, ਸਿੱਧਾ ਤਕੜਾ ਨਹੀਂ ਕੋਈ ਜੰਮਦਾ ਜਿਹੜਾ ਰਾਤੋ ਰਾਤ ਵੰਨ ਨੂੰ ਫਿਰੇ ਸਟਾਰ ਬੰਦਾ ਰਹਿੰਦਾ ਨਹੀਂ ਕਿਸੇ ਕੰਮ ਦਾ, ਲੀਲਾ ਵਾਲਾ ਮੋੜਾ ਗੱਲਾਂ ਸੱਚ ਲਿਖਦਾ, ਹੌਲੀ ਹੌਲੀ ਬੰਦਾ ਪੌੜੀ ਚੜ੍ਹਦੀ ਸਿੱਖਦਾ। ਬਾਕੀ ਉਧਰ ਆਪਣਾ ਸਰਪੰਚ ਰਿੰਪਾ ਆਸਟ੍ਰੇਲੀਆ ਜੀ 100 ਰੁਪਏ ਦੇ ਹੋਰ ਮਾਨ ਸਨਮਾਨ ਮਾਣੂਕੇ ਦੇ ਜੀਵਨ ਲਈ ਭੇਜਦੇ ਦਰਬੰਦੇਵ ਸਿੰਘ ਬਿਲਕੀ। ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ, ਚਾਰ ਜਾਫੀ ਵੀ ਤਿਆਰ ਨੇ, ਹੁਣ ਵੇਖਣਾ ਵੀ ਨੌਜਵਾਨ ਚੇਤ ਮਾਣੂਕੇ ਗਿੱਲਾਂ ਵਾਲਾ ਪੂਰੀ ਕੋਸ਼ਿਸ਼ ਕਰਦਾ ਹੋਇਆ ਤੇ ਪੁਆਇੰਟ ਇਸ ਲਈ ਭਾਵੀ ਦਾ ਰਾਣਾ ਕਬੱਡੀ ਕਲੱਬ ਦਾਦਰ ਦੀ ਟੀਮ ਦਾ ਬਹੁਤ ਤਕੜਾ ਮੈਚ ਹੈ। ਇਹ ਮੈਚ ਵਧੀਆ ਲੱਗ ਰਿਹਾ, ਜ਼ੋਰਦਾਰ ਤਾੜੀਆਂ ਵਾਜਦੇ ਕਰਕੇ ਪਤਾ ਲੱਗ ਜਾਏ ਵੀ ਸਾਫੂ ਵਾਲੇ ਦੇ ਵਿੱਚ ਬਹੁਤ ਤਕੜੇ ਮੈਚ ਖੇਡੇ ਜਾ ਰਹੇ ਆ। ਸ਼ਹੀਦ ਜਗਜੀਤ ਸਿੰਘ ਜੱਗਾ ਸਪੋਰਟਸ ਕਲੱਬ ਸਾਫੂ ਵਾਲੇ ਦੇ ਸਮੁੱਚੇ ਨਗਰ ਦੇ ਵੱਡੇ ਉੱਦਮ ਸਾਧਕਾਂ ਨੇ ਵੀਰੋ, ਵਧੀਆ ਟੂਰਨਾਮੈਂਟ ਕਰਵਾਇਆ ਜਾ ਰਿਹਾ। ਇਧਰ ਜੀਵਨ ਦੀ ਪੈਸੀ ਕਬੱਡੀ ਫਾਇਦਾ ਕੀਤਾ, ਕਾਲਾ ਕਹਿੰਦੇ ਸਜਾਫੀ ਨੂੰ ਬਹੁਤ ਤਕੜਾ ਜੱਫਾ ਲਾ ਕੇ ਨੌਜਵਾਨ ਗੱਭਰੂ ਆਪਣੀ ਟੀਮ ਲਈ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਮੈਚ ਸਮਾਪਤ ਹੈ। ਰਾਣਾ ਕਬੱਡੀ ਕਲੱਬ ਦਾਦਰ ਦੀ ਟੀਮ ਇਸ ਮੈਚ ਦੀ ਵਿਨਰ ਟੀਮ ਹੈ। ਬਿੰਦਰ ਮਿਸ਼ਰੀ ਵਾਲਾ ਜੀ ਖੇਡ ਗਰਾਊਂਡ ਦੇ ਵਿੱਚ ਪਹੁੰਚਣਗੇ ਅਗਲੇ ਮੈਚਾਂ ਲਈ। ਹਾਂਜੀ, ਘੋੜੀਆ ਗੱਲਾਂ ਵਾਸਤੇ ਤੇ ਲੰਡੀ ਘਾਟਾ ਦੇਖਣ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਧੰਨਵਾਦ। ਸਾਰੇ ਦਰਸ਼ਕਾਂ ਦਾ ਸਾਡੀਆਂ ਬਹੁਤ ਹੀ ਸਤਿਕਾਰ ਦੇ ਰਿਸੈਪਸ਼ਨ ਦਾ ਸਟੇਜ ਤੇ ਬਿਰਾਜਮਾਨ ਸਾਰੇ ਪਤਵੰਤ ਸੱਜਣਾਂ ਦਾ, ਸਾਡੇ ਉਹਨਾਂ ਦੇ ਵੀਰ ਪ੍ਰਵਾਸੀ ਭਰਾ ਲੱਖਾਂ ਦੀ ਤਾਦਾਦ ਦੇ ਵਿੱਚ ਆਪਣੇ ਨਾਮੇ ਵਿਰੋ ਜਿਹੜੇ ਲੜਦੇ ਰਹੇ ਜੁੜੇ ਹੋਏ ਨੇ, ਸਾਰਿਆਂ ਨੂੰ ਆਪਾਂ ਮੁਬਾਰਕਬਾਦ ਦੇਵਾਂਗੇ ਇਸ ਕਬੱਡੀ ਕੰਮ ਦੀ ਸ਼ਹਿਰ ਬਣ ਕੇ ਕਬੱਡੀ ਦੇ ਜਿਹੜੇ ਖਿਡਾਰੀ ਜੂਝਦੇ ਹੋਏ ਕਬੱਡੀ ਖਿਡਾਰੀਆਂ ਦੇ ਪਿੰਡ ਦੇ ਵਿੱਚ ਮੇਰੇ ਵੀਰੋ ਸਾਫੂਵਾਲਾ ਦੀ ਧਰਤੀ। ਹੈਲੋ ਸਾਡੀ ਹਾਂਜੀ, ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਸਾਹਿਬਾਨ ਜੋ ਸਾਨੂੰ ਹਰ ਰੋਜ਼ ਮਰਾ ਦੀ ਜ਼ਿੰਦਗੀ ਦੇ ਨਾਲ ਸੁਬਾ ਸ਼ਾਮ ਗੁਰਬਾਣੀ ਦੇ ਨਾਲ ਜੋੜਦੇ ਹੈ, ਭਾਈ ਗੁਰਦਾਸ ਜੀ ਦੀ ਬਾਣੀ